ਪਏ ਆਦੀਯਤ ਜਰਕਤ ਪੈਦਾਈ ਮਸਰੇ ਹਕੀਕੀ ਦਾ ਵਦ ਦੇਖਣਾ ਤੁਸੀਂ ਮੇਰੇ ਸ਼ੇਰ ਦਾ ਹੱਕ ਕਿਵੇਂ ਅਦਾ ਕਰਦੇ ਹੋ ਮਰਦਾ ਆਦੀਯਤ ਜਰਕਤ ਪੈਦਾਈ ਮਸਰੇ ਹਕੀਕੀ ਦਾ ਵਦ ਜਬਰੀਲ ਜਲਦੀ ਜਾ ਜਲਦੀ ਜਾ ਜਲਦੀ ਜਾ ਮੇਰਾ ਹਬੀਬ ਸੋਚ ਰਹੀ ਮੈਂ ਆਮੀਨ ਆਖਾਂ ਜਾਂ ਨਾ ਆਖਾਂ ਜਾ ਮੇਰੇ ਹਬੀਬ ਨੂੰ ਆਖ ਜਾ ਮੇਰੇ ਮਹਿਬੂਬ ਨੂੰ ਆਖ ਅੱਲਾ ਪਿਆ ਦਈ ਅੱਲਾ ਪਿਆ ਦਈ ਮੁਝੇ ਮਨਜ਼ੂਰ ਹੈ ਸਭ ਕੁਝ ਇਹ ਜੋ ਕਰਦਾ ਹੈ ਕਰਨੇ जिब्रील जा मेरे हबीब नु आख अल्लाह पे आ दई मुझे मंजूर है सब कुछ ये जो करता है करने दे इसे ना रोक ना लह पे ये जो लिखता है लिखने दे सारी खिलकत का मैं हुक्मरान हूं किस्मतों का हुक्मरान हुसैन है हर बंदा बोले पूरी ताकत नाल बड़ी मेहरबान जिंदा हो सलामत रहो मेरा दिल इस तो वड़ा शेर बन हक बन दे ना है? मुझे मंजूर है सब कुछ जो करता है करने दे इसे ना रोक ना लह पे ये जो लिखता है लिखने दे सारी खिलकत का मैं हुक्मरान हूँ किस्मतों का हुक्मरान हुसैन है जी जरा मैं शेर पढ़न लगा मेरा ख्याल जिंदगी च बहुत कम शेर ऐसे आता ये मैं लिखा नहीं कादमी साहब आता है आप मातमिया मातमिया के सामने जी मेरे साइया मेरे नहीं मेरे साइया मैं सारे का बोला आप मातमिया मातमिया की वकालत करने का जो मातमी काम कड़े करता हर वेले मातम जिथे मर्जी लै जाओ मातम तो गुरेज नहीं करता इसकी वजह क्या है पूरी तवज्जो जाना नमाज अपनी ये पढ़ता है बर्फबारी हो सर्दी हो नमाज अपनी ये पढ़ता है बर्फबारी हो सर्दी हो ये मातम खोल के करता है भले जितनी भी गर्मी हो भले जितनी भी गर्मी हो मातमी पे मौसमों का क्या असर मातमी का साइबा हुसैन है बड़ी मेहरबान बड़ी मेहरबान जी जरा मौला सलाम बड़ी मेहरबान बड़ी मेहरबानी अच्छा जिले के फिर पढ़ दे अच्छा नमाज रोजा और हज माना के अमल भारी है गुनाह इनसे भी काफी मुआफ होते हैं रजा जो दागे गुनाह इनसे भी नहीं धुलते वो मातमी के पसीने से साफ हो जाए मातमी काम कड़ा कर दे नमाज अपनी ये पढ़ता है बर्फबारी हो सर्दी हो ये मातम खुल के करता है भले जितनी भी गर्मी हो मातमी पे मौसमों का क्या असर मातमी का साइबा हुसैन है बड़ी मेहरबान बड़ी मेहरबान मेरा अगर मिजाज मुकद्दस से बोझ ना हो तो मैं दो मिसरे तुम पंजाबी से भी सुनाऊं ये मेरे मोहतरम ने जरा हुक्मनामा भेजा है यकीन जाना आज मेरे नाल असली सेट नहीं बाबा जी ना मैं दस्त बस्ता मेहनत करता दो बंदे नाल नहीं तो ये बिल्कुल बच्चा ना मैं
ਇਹ ਮਜਲਿਸ ਪੜ ਜਾਣਾ ਤੇ ਕਿ ਬਾਦਸ਼ਾਹ ਹੁਸੈਨ ਦਾ ਮੌਜੂਦ ਹੈ ਨਾ, ਇਹ ਕਿਸੇ ਜ਼ਾਕਿਰ ਦਾ ਕਮਾਲ ਨਹੀਂ। ਅੱਲਾ ਤੋ ਮੈਂ ਆਇੰਦਾ ਕਦੀ ਮੁਲਾਕਾਤ ਹੋਈ ਜ਼ਿਆਰਤ ਦਾ ਸ਼ਰਫ ਹਾਸਲ ਕੀਤਾ ਤੇ ਮੈਂ ਤੁਹਾਨੂੰ ਕਸੀਦਾ ਇਹ ਵੀ ਲਾਜ਼ਮੀ ਸੁਣਾ ਦਿੱਤਾ। ਇਜਾਜ਼ਤ ਹੈ ਨਾ ਮੈਂ ਅਗਲਾ ਕਸੀਦਾ ਸਲਾਵਾਤ ਸਾਰੇ ਉੱਚੀ ਆਵਾਜ਼ ਨਾਲ ਪੜ੍ਹਨਾ ਹਾਂ। ਹੁਣ ਮੈਂ ਪੰਜਾਬੀ ਪੜ੍ਹਨ ਲੱਗਾ ਤੇ ਪੰਜਾਬੀ ਲਿਖਦਿਆਂ ਵੀ ਮੇਰੇ ਕਲਮ ਦੇ ਹੱਥੋਂ ਕਦੀ ਦਾਮਨ ਅਦਬ ਨਹੀਂ ਛੁੱਟਿਆ। ਪੰਜਾਬੀ ਹੋਵੇ ਭਾਵੇਂ ਉਰਦੂ ਹੋਵੇ, ਇੱਕ ਮਜ਼ਮੂਨ ਦਾ ਕਸੀਦਾ ਹੁੰਦਾ। ਸਲਾਵਾਤ ਉੱਚੀ ਆਵਾਜ਼ ਨਾਲ ਪੜ੍ਹੋ ਮੇਰੇ ਸਾਹਿਬ। ਜਿਹੜਾ ਉੱਚਾ ਨਾਰਾ ਮਾਰ ਸੋ ਓਡਾ ਉੱਚਾ ਮੈਂ ਕਸੀਦਾ ਰੱਖ ਸਕਦਾ। ਸ਼ਾਇਰ ਹੋ ਪੂਰੀ ਤਵਜੋ ਦਾ ਤਾਲਿਬਾਂ ਕਰ ਲਈ ਉਹਨਾਂ ਬਾਦਸ਼ਾਹੀ ਕਰ ਲਈ। ਹੈਰਾਨੀ ਹੋਣਾ ਕਿੰਨਾ ਬਾਦਸ਼ਾਹੀ ਕੀਤੀ ਹੈ, ਇਹ ਸਵਾਲੀਆ ਫਿਕਰ ਹੈ, ਸਵਾਲ ਪੈਦਾ ਹੁੰਦਾ ਕਿੰਨਾ ਬਾਦਸ਼ਾਹੀ ਕਰ ਲਈ। ਜਿਹੜੇ ਜਿਹੜੇ ਲੋਕਾਂ ਜਗਦੇ ਪੰਜਾਂ ਦੀ ਗਦਾਈ ਕਰ ਲਈ। ਹਰ ਬੰਦਾ ਬੋਲੇ ਜਿੰਦਾ ਸਲਾਮਤ ਰਹੋ। ਉਹਨਾਂ ਬਾਦਸ਼ਾਹੀ ਕਰ ਲਈ ਜਿਹੜੇ ਜਿਹੜੇ ਲੋਕਾਂ ਜੱਗ ਤੇ ਪੰਜਾਂ ਦੀ। ਮੈਂ ਤਾਦਾਦ ਨਹੀਂ ਕਰ ਸਕਦਾ ਕਿਤਨੇ ਲੋਕਾਂ ਗਦਾਈ ਕੀਤੀ। ਮੇਰੀ ਕਿਹਾ ਵੀ ਸਾਥ ਮੈਂ ਤਾਦਾਦ ਕਰਾਂ, ਅੱਜ ਟਾਈਮ ਥੋੜਾ ਹੈ, ਮੇਰੇ ਕੋਲ ਉਤਨਾ ਸ਼ੌਰ ਨਹੀਂ, ਤਾਲੀਮ ਨੂੰ ਜੇ ਮੈਂ ਸਾਰਿਆਂ ਦੀ ਤਾਦਾਦ ਦੱਸਾਂ, ਇੱਕ ਦੀ ਗੱਲ ਨਹੀਂ ਮੁਕਦੀ ਤੇ ਸਾਰਿਆਂ ਦੀ ਗੱਲ ਕੀ ਕਰ ਸਕਦਾ। ਆਪਣੀ ਜ਼ਹਿਨੀ ਤਾਲੀਮੀ ਕਲਮੀ ਸ਼ੌਰ ਦੇ ਮੁਤਾਬਿਕ ਹੈਸੀਅਤ ਦੇ ਮੁਤਾਬਿਕ ਇੱਕ ਦੀ ਗੱਲ ਕਰਨਾ ਚਾਹੁੰਦਾ, ਜਿਹਨੇ ਬਾਦਸ਼ਾਹੀ ਕੀਤੀ ਨੌਕਰੀ ਕਰਕੇ, ਗੱਲ ਮਰਦ ਦੀ ਨਹੀਂ, ਮਜ਼ਦੂਰ ਦੀ ਗੱਲ। ਆ ਮਜ਼ਦੂਰ ਦੀ ਗੱਲ ਨਹੀਂ ਕਰਨਾ ਚਾਹੁੰਦਾ, ਉਸ ਬੀਬੀ ਦੀ ਗੱਲ ਕਰਦਾ ਜਿਹੜੀ ਬਾਦਸ਼ਾਹੀ ਛੱਡ ਕੇ ਕਨੀਜ਼ ਬਣ ਗਈ। ਲਾਹੌਰ ਵਾਲਿਓ ਅਦੀਬ ਲੋਕੋ, ਮੈਂ ਤਾਂ ਤੁਹਾਡੀਆਂ ਦੁਆਵਾਂ ਦੇ ਨਾਲ ਜ਼ਾਕਿਰ ਬਣਿਆ। ਬਾਦਸ਼ਾਹੀ ਛੱਡ ਕੇ ਕਨੀਜ਼ ਬਣ ਗਈ, ਇਹ ਬਾਦਸ਼ਾਹੀ ਛੱਡ ਕੇ ਕਨੀਜ਼ ਕਨੀਜ਼ ਕੌਣ ਕਰਦਾ? ਬਸ ਆ ਕੁਝ ਲੱਭਦਾ ਤੇ ਤਾਂ ਕਨੀਜ਼ ਬਣਦੇ ਨੇ, ਇੱਥੇ ਆ ਕੇ ਝੁਕਦੇ ਲੋਕ ਬਾਦਸ਼ਾਹੀਆਂ ਛੱਡ ਕੇ। ਆ ਮਦੀਨੇ ਵਾਲੇ ਸਹੀਦਾਂ ਦਾ ਕੋਈ ਗੁਲਾਮ ਜਾਂ ਕਨੀਜ਼ ਗਰੀਬ ਨਹੀਂ ਮੈਨੂੰ ਨਜ਼ਰ ਆਇਆ, ਸਾਰੇ ਹੀ ਕੋਈ ਬਾਦਸ਼ਾਹ ਨਜ਼ਰ ਆਇਆ। ਉਹਨਾਂ ਨੂੰ ਪਤਾ ਕਿ ਆਪਣੀ ਇੱਕ ਛੋਟੀ ਜਿਹੀ ਰਈਅਤ ਦੀ ਬਾਦਸ਼ਾਹੀ ਛੱਡੋ, ਉੱਥੇ ਜਾ ਕੇ ਉਹਨਾਂ ਦੇ ਘਰ ਨੌਕਰੀ ਕਰਕੇ ਫਰਿਸ਼ਤਿਆਂ ਦੇ ਬਾਦਸ਼ਾਹੀ। ਆ ਗਈ ਮਖਦੂਮਾ, ਹੈਂ ਸਾਦਾਤ ਨੇ ਬੜਾ ਨਵਾਜ਼ਿਆ, ਵਤਨ ਤੋਂ ਨਾਮ ਸ਼ਾਹ ਜੀ ਮੈਮੂਨਾ ਲੈ ਕੇ ਆਈ ਆਈ, ਸੱਯਦ ਹੈ ਕੌਣ ਨੇ ਨਾਮ ਫਿਜ਼ਾ ਰੱਖਿਆ। ਅੱਲਾ ਦੀ ਮਖਲੂਕ ਦੋ ਹਸਤੀਆਂ ਖੁਸ਼ ਨਸੀਬ ਹੋਏ ਜਿਨ੍ਹਾਂ ਦੇ ਨਾਮ ਹਸਨੈਨ ਦੀ ਪਾਕ ਅੰਮਾ ਨੇ ਰੱਖੇ, ਮਰਦਾਂ ਵਿੱਚੋਂ ਅਬਾਸ, ਮਸਤੂਰਾਤ ਵਿੱਚੋਂ ਫਿਜ਼ਾ। ਸਾਦਾਤ ਨੇ ਬੜਾ ਨਵਾਜ਼ਿਆ, ਜਿਹੜੇ ਗੱਲ ਸੁਣ ਕੇ ਬੋਲਣ ਦੇ ਆਦੀ, ਬੜਾ ਨਵਾਜ਼ਿਆ। ਮੁਸ਼ਾਹਦੇ ਦੀ ਗੱਲ ਅੰਬੀਆ ਤੋਂ ਪੁੱਛਿਆ, ਮਲਾਇਕਾ ਤੋਂ ਪੁੱਛਿਆ, ਆਪ ਤਾਂ ਖਜਲਾਤ ਦੀ ਦੁਨੀਆਂ ਜਾ ਕੇ ਵੇਖਿਆ ਏ, ਸਵਾਲੀ ਜਿੱਥੋਂ ਵੀ ਆਵੇ, ਭਾਵੇਂ ਫਲਕ ਦਾ ਵਸਦਾ ਹੋਵੇ, ਭਾਵੇਂ ਜ਼ਮੀਨ ਦਾ ਵਸਦਾ ਹੋਵੇ, ਜਿਹੜਾ ਸਵਾਲੀ ਸਾਦਾਤ ਦੇ ਦਰਵਾਜ਼ੇ ਤੇ ਆਉਂਦਾ ਏ, ਦਸਤਕ ਡੇ ਕੇ ਮੰਗਦਾ ਸਾਦਾਤ ਤੋਂ ਏ, ਲੇਕਿਨ ਅਤਾ ਫਿਜ਼ਾ ਕਰਦੀ। ਮੈਂ ਕੁਰਬਾਨ ਜਾ, ਹੈਂ ਮੰਗਦਾ ਸਜਦਾ ਦੇਣ ਦੀ ਫਿਜ਼ਾ, ਮੈਂ ਕੁਰਬਾਨ ਜਾਵਾਂ। ਐਡਾ ਨਵਾਜ਼ਿਆ ਅੱਲਾ ਦੀ ਮਖਲੂਕ ਜਾਂ ਮਮਲਕਤ ਦਾ ਪ੍ਰਾਈਮ ਮਿਨਿਸਟਰ ਅਲੀ, ਅੱਲਾ ਦੀ ਮਖਲੂਕ ਨੂੰ ਰਿਜ਼ਕ ਵੰਡਣ ਵਾਲਾ ਅਲੀ, ਰਿਜ਼ਕ ਅੱਲਾ ਦਾ ਤਕਸੀਮ ਅਲੀ ਕਰਦਾ। ਪਰ ਕੀ ਉਹ ਕੁਝ ਭਾਵ ਕੇ ਖਾਂਦੇ ਨੇ, ਕੁਝ ਸਲਵਾਤ ਪੜ ਕੇ ਖਾਂਦੇ। ਹੁਣ ਫਿਜ਼ਾ ਦਾ ਮਕਾਮ ਵੇਖਣਾ, ਕਿਹੜਾ ਸਜਦਾ ਨੇ ਬਣਾਏ ਅੱਲਾ ਦੀ ਮਖਲੂਕ ਚ ਰਿਜ਼ਕ ਵੰਡਣ ਵਾਲਾ ਅਲੀ। ਮੈਂ ਜਾਗ ਦਰਾਨਾ ਅੱਲਾ ਦੀ ਮਖਲੂਕ ਨੂੰ ਰਿਜ਼ਕ ਦੇਵਣ ਵਾਲਾ ਅਲੀ, ਸ਼ਾਮ ਨੂੰ ਜਦੋਂ ਘਰ ਆਉਂਦੇ ਆ ਕੇ ਅਲੀ ਅਦਨ ਫਿਜ਼ਾ ਭੇਣ, ਅੱਲਾ ਦੀ ਮਖਲੂਕ ਨੂੰ ਰਿਜ਼ਕ ਮੈਂ ਦੇ ਆਇਆ, ਮੇਰੇ ਹਿੱਸੇ ਦਾ ਲੰਗਰ ਤੂੰ ਦੇ। ਕੁਰਬਾਨ ਤੁਹਾਡੀ ਮੁਹੱਬਤ ਤੋਂ ਕੁਰਬਾਨ, ਤੁਹਾਡੀ ਸਮਾਜ ਤੋਂ ਕੁਰਬਾਨ। ਇਹੋ ਫਿਜ਼ਾ ਆ ਬੈਠੇ ਲੋਕਾਂ ਪ੍ਰੋਗਰਾਮ ਬਣਾਇਆ ਫਿਜ਼ਾ ਦੀ ਰਈਅਤ। ਸ਼ੇਰ ਬੜਾ ਖੂਬਸੂਰਤ ਜਿਹਾ ਤੇ ਬੜਾ ਹਸੀਨ ਜਿਹਾ,
यकीन जानो हर बंदे दी बख्शिश दा दामन है। हां भाई दे लोगां फिजा दे रहिया दे लोगां प्रोग्राम बनाया